ਅਕਾਲ ਕਿਸਾਨ ਭਰਾਵੋ, ਅੱਜ ਆਪਾਂ ਪਹੁੰਚੇ ਹਾਂ ਸਾਬੋ ਤਲਵੰਡੀ। ਸਾਬੋ ਤਲਵੰਡੀ ਅੱਜ ਟਰੈਕਟਰਾਂ ਦੀ ਮੰਡੀ ਲੱਗੀ ਹੋਈ ਆ ਅਤੇ ਬਹੁਤ ਜ਼ਿਆਦਾ ਟਰੈਕਟਰ ਪਹੁੰਚੇ ਹੋਏ ਆ। ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਵੀਡੀਓ ਚੰਗੀ ਲੱਗੇ ਲਾਈਕ 'ਤੇ ਜ਼ਰੂਰ ਸ਼ੇਅਰ ਕਰਦਿਆ ਕਰੋ, ਕਿਉਂਕਿ ਵੀਡੀਓ ਨੂੰ ਬਣਾਉਣ 'ਤੇ ਵੀਰੇ ਬਹੁਤ ਮਿਹਨਤ ਲੱਗਦੀ ਆ। ਜਿਵੇਂ ਵੀ ਸਾਡੇ ਸਬਸਕ੍ਰਾਈਬਰ ਵੱਧਦੇ, ਵਿਊ ਵੱਧਦੇ, ਸਾਡਾ ਹੌਂਸਲਾ ਵੱਧਦਾ ਅਤੇ ਅਸੀਂ ਹਰ ਮੰਡੀ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ। ਪਹਿਲਾ ਟਰੈਕਟਰ ਆ ਗਿਆ ਜੀ ਡੀ ਆਈ 750, 2003 ਮਾਡਲ ਆ, 2,65,000 ਰੁਪਈਆ ਡਿਮਾਂਡ ਆ। ਕੰਡੀਸ਼ਨ ਟਰੈਕਟਰ ਦੀ ਬਿਲਕੁਲ ਓਕੇ ਆ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਸੁਥਰੀ ਆ ਇਸ ਟਰੈਕਟਰ ਦੇ। ਰੰਗ ਟਰੈਕਟਰ ਦਾ ਜੈਨੂਅਨ ਆ, ਤੁਸੀਂ ਦੇਖ ਸਕਦੇ ਹਾਂ ਟਰੈਕਟਰ ਪੇਂਟ ਨਹੀਂ ਹੋਇਆ। ਉਸਦੇ ਨਾਲ ਆ ਗਿਆ ਜੀ 855 ਸਵਰਾਜ, 2019 ਮਾਡਲ ਆ, 6,20,000 ਰੁਪਈਆ ਨਗਦ ਕੈਸ਼ ਆ ਨਾ, 6,20,000 ਰੁਪਈਆ ਇਸਦੀ ਡਿਮਾਂਡ ਆ। ਪੰਜਾਬ ਨੰਬਰ ਆ, ਨਗਦ ਕੈਸ਼ ਟਰੈਕਟਰ ਆ, ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ। ਤੁਸੀਂ ਚੰਗੀ ਤਰ੍ਹਾਂ ਕੰਡੀਸ਼ਨ ਟਰੈਕਟਰ 'ਚ ਵੇਖ ਸਕਦੇ ਹਾਂ, ਚਾਰੇ ਟਾਇਰ ਬਿਲਕੁਲ ਨਵੇਂ ਨੇ ਇਸ ਟਰੈਕਟਰ ਦੇ, ਕੰਡੀਸ਼ਨ ਬਹੁਤ ਹੀ ਸਾਫ਼ ਹੈ ਇਸ ਟਰੈਕਟਰ ਦੀ। ਚੰਗੀ ਤਰ੍ਹਾਂ ਵੀਡੀਓ 'ਚ ਤੁਸੀਂ ਦੇਖ ਸਕਦੇ ਹਾਂ। ਟਾਇਰ ਇਸ ਟਰੈਕਟਰ ਦੇ ਨੇ ਗੁਡੀਅਰ ਦੇ, 1428 ਦੀ ਬੈਕ ਸਾਈਡ ਵਾਲੀ ਜੂੜੀ ਆ ਇਸ ਟਰੈਕਟਰ। ਉਸਦੇ ਨਾਲ ਆ ਗਿਆ ਜੀ ਫਾਰਮ ਟਰੈਕ 2002, 2,35,000 ਰੁਪਈਆ ਡਿਮਾਂਡ ਹੈ ਇਹਦੀ। ਹਰਿਆਣਾ ਨੰਬਰ ਆ, ਕੰਡੀਸ਼ਨ ਟਰੈਕਟਰ ਦੀ ਬਿਲਕੁਲ ਓਕੇ ਆ, ਚਾਰੇ ਟਾਇਰ ਇਸ ਟਰੈਕਟਰ ਦੇ ਬਿਲਕੁਲ ਨਵੇਂ। ਉਸਦੇ ਨਾਲ ਆਈਸ਼ਰ ਆ ਗਿਆ ਜੀ। ਇਹ ਟਰੈਕਟਰ ਦੇ ਟਾਇਰ ਜਿਹੜੇ ਬਿਲਕੁਲ ਮੂਹਰਲੇ ਨਵੇਂ ਨੇ, ਬੈਕ ਟਾਇਰ ਸਾਈਡ ਵਾਲੇ ਟਾਇਰ ਘਸੇ ਹੋਏ ਨੇ, 2016 ਮਾਡਲ ਆ ਅਤੇ UP ਨੰਬਰ ਆ। 1,95,000 ਰੁਪਈਆ ਇਸਦੀ ਡਿਮਾਂਡ ਆ ਟਰੈਕਟਰ ਦੀ। ਉਸਦੇ ਨਾਲ ਸਟੈਂਡਰਡ ਆ ਗਿਆ 450 ਡਬਲ ਕਲਾਚ ਜੀ। ਇਸ ਟਰੈਕਟਰ ਦੀ ਕੰਡੀਸ਼ਨ ਵੀ ਸਾਫ਼ ਆ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਆ। ਉਸਦੇ ਨਾਲ ਆ ਗਿਆ ਜੀ ਫਾਰਮ ਟਰੈਕ 2009 ਮਾਡਲ ਆ, 3,35,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਟਰੈਕਟਰ ਦੀ ਆਵਾਜ਼ ਵੀ ਬਹੁਤ ਸੋਹਣੀ ਆ, ਦੇਖ ਸਕਦੇ ਹਾਂ। MRF ਦੇ ਟਾਇਰ ਆ ਇਸ ਟਰੈਕਟਰ ਦੇ, 1628 ਦੀ ਬੈਕ ਸਾਈਡ ਵਾਲੀ ਜੋੜੀ ਆ। ਉਸਦੇ ਨਾਲ 2008 ਮਾਡਲ ਆ ਗਿਆ ਜੀ, 2,85,000 ਰੁਪਈਆ ਇਸਦੀ ਡਿਮਾਂਡ ਆ ਜੀ। ਫਾਰਮ ਟਰੈਕ 60 ਆ ਜੀ ਇਹ ਵੀ, ਇਸਦੀ ਕੰਡੀਸ਼ਨ ਵੀ ਟਰੈਕਟਰ ਦੀ ਸਾਫ਼ ਆ ਜੀ। ਉਸਦੇ ਨਾਲ ਆ ਗਿਆ ਜੀ 744, ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਵੀ, ਚਾਰੇ ਟਾਇਰ ਇਸ ਦੇ ਬਿਲਕੁਲ ਨਵੇਂ ਨੇ, ਬਹੁਤ ਹੀ ਸਾਫ਼ ਸੁਥਰਾ। ਮਾਡਲ ਆ ਜੀ 2012, 3,40,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਉਸਦੇ ਨਾਲ ਆ ਗਿਆ 60 ਫਾਰਮ ਜੀ, 98 ਮਾਡਲ ਆ, 1,75,000 ਰੁਪਈਆ ਡਿਮਾਂਡ ਆ। ਮੂਹਰਲੇ ਟਾਇਰ ਨਵੇਂ ਆ, ਪਿਛਲੇ ਟਾਇਰ ਘਾਸੇ ਪਏ ਹੋਏ ਆ। ਜੋ ਵੀ ਕਲਰ ਆ ਇਸ ਟਰੈਕਟਰ ਦਾ ਤੁਸੀਂ ਵੀਡੀਓ 'ਚ ਦੇਖ ਸਕਦੇ ਆ। ਉਸਦੇ ਨਾਲ ਆ ਗਿਆ ਮਹਿੰਦਰਾ 265, 2008 ਮਾਡਲ ਆ ਜੀ, 2,42,000 ਰੁਪਈਆ ਡਿਮਾਂਡ ਆ। ਮਹਿੰਦਰਾ ਸਾਫ਼ ਸੁਥਰਾ ਟਰੈਕਟਰ ਆ ਵੀਰੇ, ਪਿਛਲੇ ਟਾਇਰ ਆ ਜਿਹੜੇ ਇਹਦੇ, ਜੋੜੀ ਬਿਲਕੁਲ ਨਵੀਂ ਆ, ਤੁਸੀਂ ਦੇਖ ਸਕਦੇ ਆ ਵੀਡੀਓ 'ਚ। ਉਸ ਤੋਂ ਬਾਅਦ ਲਓ ਬਾਈ ਜੀ, ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਬਾਈ ਦਾ ਨੰਬਰ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕਿਹੜਾ ਪਿੰਡ ਆ ਬਾਈ ਜੀ? ਆਪਣਾ ਪਿੰਡ ਆ ਗਿਆਨਾ ਬਾਈ। ਗਿਆਨਾ ਬਾਈ ਦਾ ਪਿੰਡ ਆ, ਜ਼ਿਲ੍ਹਾ ਜੀ? ਜ਼ਿਲ੍ਹਾ ਬਠਿੰਡਾ ਵੀਰੇ, ਕਾਲੇ ਵਾਲੀ ਮੰਡੀ ਦੇ ਕੋਲੇ ਰਹੇ। ਠੀਕ ਆ ਬਾਈ ਜੀ, ਅਤੇ ਆਪਣਾ ਨਾਮ ਕੀ ਹੈ ਬਾਈ ਜੀ? ਆਪਣਾ ਨਾਮ ਦਿਲਪ੍ਰੀਤ ਸਿੰਘ ਹੈ ਵੀਰੇ। ਠੀਕ ਆ ਬਾਈ ਜੀ, ਅਤੇ ਆਪਣਾ ਨੰਬਰ ਦੱਸੋ ਬਾਈ ਜੀ। ਆਪਣਾ ਨੰਬਰ ਹੈਗਾ ਵੀਰੇ 97802 ਜੀ, 5,958। ਲਓ ਜੀ, ਇਸ ਤੋਂ ਪਹਿਲਾਂ ਜਿਹੜਾ ਫਾਰਮ ਟਰੈਕ 60 ਵਿਖਾਇਆ ਸੀ ਉਹ ਵੀ ਬਾਈ ਦਾ, 265 DI ਵੀ ਬਾਈ ਦਾ। ਉਸ ਤੋਂ ਅਗਲਾ ਟਰੈਕਟਰ ਜੋ ਦਿਖਾ ਰਹੇ ਹਾਂ ਉਹ ਵੀ ਬਾਈ ਦੇ ਆ, ਤਿੰਨ ਟਰੈਕਟਰ। ਜੇ ਕਿਸੇ ਵੀ ਬਾਈ ਨੇ ਟਰੈਕਟਰ ਲੈਣੇ ਹੋਣ ਤਾਂ ਨੰਬਰ ਬਾਈ ਜੀ ਦਾ ਆਪਾਂ ਵੀਡੀਓ 'ਚ ਬੋਲਿਆ ਹੋਇਆ, ਸੰਪਰਕ ਕਰ ਸਕਦੇ ਹਾਂ ਬਾਈ ਨਾਲ। ਚਲੋ ਅਗਲਾ ਟਰੈਕਟਰ ਦਿਖਾਉਣਾ ਤੁਹਾਨੂੰ, ਸੋਨਾਲੀਕਾ 750 ਜੀ।
ਇਸ ਟਰੈਕਟਰ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਆ, ਜੈਨੂਇਨ ਰੰਗ ਆ, ਜੋ ਵੀ ਟਰੈਕਟਰ ਦਾ ਚਾਰੇ ਟਾਇਰ ਇਸ ਦੇ ਸਾਫ਼ ਕੰਡੀਸ਼ਨ ਦੇ ਆ। 14-28 ਦੀ ਬੈਕ ਸਾਈਡ ਦੀ ਇਸ ਟਰੈਕਟਰ ਦੀ ਟਾਇਰਾਂ ਦੀ ਜੋੜੀ ਆ। ਉਸ ਦੇ ਨਾਲ ਆ ਗਿਆ ਜੀ 36-30 ਫੋਰਡ, ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ। ਇਸ ਦੇ ਵੀ ਟਾਇਰ ਜੋ ਬਿਲਕੁਲ ਸਾਫ਼ ਸੁਥਰੇ ਪਏ ਨੇ ਅਤੇ ਰੰਗ ਵੀ ਬਹੁਤ ਸਾਫ਼ ਸੁਥਰਾ ਟਰੈਕਟਰ ਦਾ। ਅਤੇ ਇਹ ਟਰੈਕਟਰ 99 ਮਾਡਲ ਆ, 2,85,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਵੀਡੀਓ 'ਚ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੰਗੀ ਤਰ੍ਹਾਂ ਦੇਖ ਸਕਦੇ ਹਾਂ। ਇਹ ਟਰੈਕਟਰ ਕਿਤੋਂ ਵੀ ਲੀਕ ਨਹੀਂ ਗਾ, ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ। ਅਤੇ ਉਸ ਦੇ ਨਾਲ ਆ ਗਿਆ ਜੀ ਐਸਰ 240, 2020 ਮਾਡਲ ਆ ਜੀ, ਇਹ ਤਾਂ ਬਿਲਕੁਲ ਉੱਚਾ ਮਾਡਲ ਆ ਗਿਆ। 2,85,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਚਾਰੇ ਟਾਇਰ ਇਸ ਦੇ ਬਿਲਕੁਲ ਸਾਫ਼ ਸੁਥਰੇ ਪਏ ਨੇ ਅਤੇ ਰੰਗ ਵੱਲੋਂ ਵੀ ਟਰੈਕਟਰ ਜਮ੍ਹਾਂ ਟਿਪ ਟੋਪ ਆ, ਕੋਕਾ ਪੀਸ ਆ ਬਾਈ ਜੀ। ਕਿਸੇ ਵੀ ਬਾਈ ਨੇ ਟਰੈਕਟਰ ਲੈਣੇ ਹੋਣ ਤਾਂ ਇਹ ਬਾਈ ਜੀ ਦਾ ਆਪਾਂ ਨੰਬਰ ਪਹਿਲਾਂ ਬੋਲਿਆ ਹੋਇਆ, ਇਹ ਉਸ ਬਾਈ ਦੇ ਹੀ ਟਰੈਕਟਰ ਨੇ। ਚਲੋ ਜੀ, ਉਸ ਦੇ ਨਾਲ ਆ ਗਿਆ ਜੀ ਜੌਨ ਡੀਅਰ। ਲਓ ਜੀ, ਉਸ ਦੇ ਨਾਲ ਆ ਗਿਆ ਜੌਨ ਡੀਅਰ 2003 ਮਾਡਲ ਆ, 2,60,000 ਰੁਪਈਆ ਡਿਮਾਂਡ ਆ। ਕੰਡੀਸ਼ਨ ਟਰੈਕਟਰ ਦੀ ਸਾਫ਼ ਆ ਅਤੇ ਚਾਰੇ ਟਾਇਰ ਬਿਲਕੁਲ ਇਸ ਦੇ ਸਾਫ਼ ਸੁਥਰੇ ਨੇ। ਉਹਦੇ ਨਾਲ ਆ ਗਿਆ 855 ਜੀ ਮਾਡਲ ਆ, 2011, 3,61,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਇਸ ਦੇ ਜਿਹੜੇ ਟਾਇਰ ਆ ਥੋੜ੍ਹੇ ਜਿਹੇ ਘਾਸੇ ਪਏ ਹੋਏ ਨੇ, ਟਰੈਕਟਰ ਦਾ ਰੰਗ ਬੰਨ ਸਾਫ਼ ਆ ਜੀ। ਉਸ ਦੇ ਨਾਲ ਆ ਗਿਆ 475 DJI ਮਹਿੰਦਰਾ, 2011 ਮਾਡਲ ਆ, 2,50,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ ਜੀ। ਤੁਸੀਂ ਕੰਡੀਸ਼ਨ ਟਰੈਕਟਰ ਦੀ ਵੀਡੀਓ 'ਚ ਬਿਲਕੁਲ ਦੇਖ ਸਕਦੇ ਹੋ, ਟਾਇਰ ਇਸ ਦੇ ਬਿਲਕੁਲ ਸਾਫ਼ ਸੁਥਰੇ ਨੇ। 13-6-28 ਦੀ ਬੈਕ ਸਾਈਡ ਦੇ ਟਾਇਰਾਂ ਦੀ ਇਸ ਦੀ ਜੋ ਜੋੜੀ ਹੈ ਜੀ। ਉਸ ਦੇ ਨਾਲ ਆ ਗਿਆ 744 ਜੀ 2009 ਮਾਡਲ, 3,25,000 ਰੁਪਈਆ ਡਿਮਾਂਡ ਆ। ਚਾਰੇ ਟਾਇਰ ਨਵੇਂ ਨੇ ਇਸ ਟਰੈਕਟਰ ਦੇ ਅਤੇ ਰੰਗ ਬੰਨ ਲਓ ਵੀ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ, ਕੋਕਾ ਪੀਸ ਕਹਿ ਸਕਦੇ ਹਾਂ ਬਾਈ ਜੀ ਇਸ ਟਰੈਕਟਰ ਨੂੰ ਆਪਾਂ। ਉਸ ਦੇ ਨਾਲ 2010 ਐਸਰ ਆ ਗਿਆ, 1,95,000 ਰੁਪਈਆ ਇਸ ਦੀ ਡਿਮਾਂਡ ਆ ਟਰੈਕਟਰ ਦੀ। ਅਤੇ ਇਸ ਦੇ ਟਾਇਰ ਵੀ ਚਾਰੇ ਸਾਫ਼ ਨੇ ਟਰੈਕਟਰ ਦੇ। ਉਸ ਦੇ ਨਾਲ ਆ ਗਿਆ ਜੀ ਮਹਿੰਦਰਾ 475 ਆ ਜੀ, 97 ਮਾਡਲ ਆ, ਪੰਜਾਬ ਨੰਬਰ ਆ, 1,90,000 ਰੁਪਈਆ ਡਿਮਾਂਡ ਆ। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ, ਬੈਕ ਸਾਈਡ ਵਾਲਿਆਂ ਦੀ ਮੂਹਰਲੇ ਟਾਇਰ ਘਾਸੇ ਪਏ ਹੋਏ ਨੇ ਅਤੇ ਰੰਗ ਸਾਫ਼ ਸੁਥਰਾ ਟਰੈਕਟਰ ਦਾ। ਉਸ ਦੇ ਨਾਲ ਆ ਗਿਆ ਜੀ ਸਵਰਾਜ 744, 2011 ਮਾਡਲ ਆ, 3,44,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਵੀਡੀਓ 'ਚ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ, ਚਾਰੇ ਟਾਇਰ ਬਿਲਕੁਲ ਨਵੇਂ ਪਏ ਨੇ ਇਸ ਟਰੈਕਟਰ ਦੇ ਵੀ। ਟਰੈਕਟਰ ਦੇਖਣ 'ਚ ਵੀ ਪੂਰਾ ਸਾਫ਼ ਆ ਜੀ। ਉਸ ਦੇ ਨਾਲ ਆ ਗਿਆ ਸੋਨਾਲੀਕਾ 45 ਜੀ, ਸਾਫ਼ ਸੁਥਰਾ ਟਰੈਕਟਰ ਆ ਜੀ। ਚਾਰੇ ਟਾਇਰ ਇਸ ਦੇ ਵੀ ਬਿਲਕੁਲ ਨਵੇਂ ਨੇ, 2008 ਮਾਡਲ ਆ, ਡਬਲ ਕਲਚ ਟਰੈਕਟਰ ਆ ਇਹ ਅਤੇ ਰੰਗ ਬੰਨ ਲਓ ਵੀ ਬਹੁਤ ਸਾਫ਼ ਆ। ਅਤੇ ਜਿਹੜੇ ਬੈਕ ਸਾਈਡ ਦੀ ਜੋੜੀ ਆ ਇਸ ਦੀ, ਪੋਲੋ ਕੰਪਨੀ ਦੀ ਆ, 13-6-28 ਦੇ ਟਾਇਰ ਆ ਇਸ ਟਰੈਕਟਰ ਦੇ। ਕੰਡੀਸ਼ਨ ਬਹੁਤ ਹੀ ਸਾਫ਼ ਆ ਇਸ ਟਰੈਕਟਰ ਦੀ। ਲਓ ਜੀ, ਉਸ ਦੇ ਨਾਲ ਆ ਗਿਆ ਐਨਸੀ ਐਸਰ 2009 ਮਾਡਲ, 2,35,000 ਰੁਪਈਆ ਡਿਮਾਂਡ ਆ। ਚਾਰੇ ਟਾਇਰ ਇਸ ਟਰੈਕਟਰ ਦੇ ਬਿਲਕੁਲ ਨਾਲ ਦੇ ਨੇ, ਚੇਂਜ ਨਹੀਂ ਹੋਏ ਗਏ ਰੰਗ ਵੱਲੋਂ। ਟਰੈਕਟਰ ਬਹੁਤ ਹੀ ਸਾਫ਼ ਆ, ਸਾਂਭ ਕੇ ਰੱਖਿਆ ਹੋਇਆ ਟਰੈਕਟਰ ਆ। 750 ਸੋਨਾਲੀਕਾ ਆ ਗਿਆ ਜੀ, 2009 ਮਾਡਲ ਆ, 3,15,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਇਸ ਦੇ ਜਿਹੜੇ ਨਵੇਂ ਟਾਇਰ ਆ ਮੂਹਰਲੇ, ਬੈਕ ਸਾਈਡ ਦੇ ਟਾਇਰ ਜਿਹੜੇ ਘਾਸੇ ਪਏ ਹੋਏ, ਪਰ ਕੰਡੀਸ਼ਨ ਸਾਫ਼ ਆ ਟਾਇਰਾਂ ਦੀ ਉਹਨਾਂ ਦੀ ਵੀ। ਉਸ ਤੋਂ ਬਾਅਦ ਆ ਗਿਆ ਜੀ 50-36D 2017 ਮਾਡਲ, 3,50,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ। ਇਸ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ, ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਜਿਹੜੀ 13-6-28 ਦੀ ਆ, ਅਤੇ ਬਹੁਤ ਹੀ ਸਾਫ਼ ਸੁਥਰੇ ਆ, ਪੋਲੋ ਦੇ ਟਾਇਰ ਆ। ਕੰਡੀਸ਼ਨ ਤੁਸੀਂ ਵੀਡੀਓ 'ਚ ਟਰੈਕਟਰ ਦੀ ਚੰਗੀ ਤਰ੍ਹਾਂ ਦੇਖ ਸਕਦੇ ਹੋ। ਉਸ ਦੇ ਨਾਲ ਆ ਗਿਆ ਜੀ ਸਵਰਾਜ 855, ਹਰਿਆਣਾ ਨੰਬਰ ਆ ਜੀ ਇਹ ਟਰੈਕਟਰ, 2013 ਮਾਡਲ ਆ ਜੀ,
4,25,000 ਰੁਪਇਆ ਡਿਮਾਂਡ ਆ ਇਸ ਟਰੈਕਟਰ ਦੀ, ਅਤੇ ਟਰੈਕਟਰ ਦੇ ਟਾਇਰ ਜਿਹੜੇ ਸਾਫ਼ ਆ, ਪਿਛਲੀ ਜੋੜੀ ਗੁਡੀਅਰ ਅਤੇ 14-9-28 ਦੇ ਟਾਇਰ ਆ ਜੀ। ਇਸ ਦੇ ਮੂਹਰਲੇ ਟਾਇਰ ਵੀ ਸਾਫ਼ ਪਿਆ, ਰੰਗ ਬੰਨ ਲਓ ਕੋਕਾ ਪੀਸ ਆ ਟਰੈਕਟਰ ਜੀ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ, ਚੰਗੀ ਤਰ੍ਹਾਂ ਦੇਖੋ ਜੀ ਵੀਡੀਓ 'ਚ, ਬਹੁਤ ਹੀ ਸਾਫ਼ ਟਰੈਕਟਰ ਆ ਜੀ।